ਮੈਂ ਉਹਨਾਂ ਨੇ ਕਿਹਾ ਸੀ ਵਿਹੜੇ ਵਾਲਿਆਂ ਲਈ ਕਿ ਬਾਦਲ ਦਿੰਦਾ ਹੈਗਾ ਕਣਕ ਤੇ ਦਾਲ, ਅਸੀਂ ਦੇਵਾਂਗੇ ਨਾਲ ਖੰਡ ਪੱਤੀ ਤੇ ਘਿਓ। ਕਿੱਥੇ ਗਏ ਜੀ ਉਹ? ਕਹਿੰਦੇ ਸੀ ਅਸੀਂ ਦੇਵਾਂਗੇ ਬਜ਼ੁਰਗ ਨੂੰ 2500 ਪੈਨਸ਼ਨ। ਕਿੱਥੇ ਗਈ? ਉਹ ਕਹਿੰਦੇ ਸੀ ਦਲਿਤ ਨੂੰ ਦੇਵਾਂਗੇ 51000 ਸ਼ਗਨ। ਕਿੱਥੇ ਗਿਆ? ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਸਰਕਾਰ ਪਿੱਛੇ ਪਿਛਲੇ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ, ਬੜੇ ਚੰਗੇ ਨੇ, ਡਿਵੈਲਪਮੈਂਟ ਦੇ ਕੰਮ ਕੀਤੇ, ਗਰੀਬਾਂ ਦੀ ਭਲਾਈ ਵਾਸਤੇ ਆਟਾ ਦਾਲ, ਹੋਰ ਨੌਜਵਾਨਾਂ ਨੂੰ ਰੁਜ਼ਗਾਰ। ਬਾਦਲ ਸਾਹਿਬ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਵੱਡੇ ਕੰਮ ਕੀਤੇ ਸਾਡੇ ਇੱਥੋਂ ਹਲਕਾ 'ਚ। MLA ਸਰਦਾਰ ਸ਼੍ਰੀ SR ਕਲੇਰ ਸਾਹਿਬ MLA ਇੱਥੋਂ ਰਹੇ ਅੱਜ ਜਗਰਾਓਂ ਤੋਂ, ਉਹਨਾਂ ਨੇ ਸਾਰੇ ਲੋਕਾਂ ਦੇ ਬੜੇ ਵਧੀਆ ਕੰਮ ਕੀਤੇ ਆ। ਵੱਡੀਆਂ 5 ਸੜਕਾਂ ਜਿਹੜੀਆਂ ਹਲਕੇ ਦੇ ਵਿੱਚ ਪਿਛਲੇ 40 ਸਾਲ ਤੋਂ ਬਣਨ ਵਾਲੀਆਂ ਸੀ, ਉਹ ਇਹਨਾਂ ਦੇ ਰਾਜ ਦੇ ਵਿੱਚ ਬਣੇ। ਤਹਿਸੀਲ ਕੰਪਲੈਕਸ ਇਹਨਾਂ ਨੇ ਬਣਵਾਇਆ, ਸ਼ਗਨ ਸਕੀਮਾਂ ਬਹੁਤ ਵੱਡੇ ਪੱਧਰ 'ਤੇ ਦਿੱਤੀਆਂ, ਆਟਾ ਦਾਲ ਦੀਆਂ ਸਕੀਮਾਂ, ਰਾਡ ਨੀਲੇ ਕਾਰਡ ਬਹੁਤ ਵੱਡੇ ਪਿੰਡਾਂ ਦੇ ਵਿੱਚ ਆਪਦੇ ਨਿੱਜੀ ਤੌਰ 'ਤੇ ਜਾ ਕੇ ਇਹਨਾਂ ਨੇ ਬਣਵਾਏ, ਜਿਹਨਾਂ ਇਹਨਾਂ ਨੇ ਵਿਕਾਸ ਕਰਵਾਇਆ, ਉਹ ਮੈਂ ਆਪਦੀ ਜ਼ਿੰਦਗੀ 'ਚ ਜਾਂ ਮੇਰੇ ਬਾਪ ਨੇ ਉਹ ਇੰਨੇ ਨਹੀਂ ਦੇਖੇ ਸੀ ਜਿਹੜੇ 10 ਸਾਲ 'ਚ ਹੋਏ। ਤੁਸੀਂ ਇਸ ਪਿੰਡ 'ਚ ਵਿਚਰਦੇ ਹੋ, ਲੋਕਾਂ ਦਾ ਕੀ ਵਿਚਾਰ ਹੈ? ਲੋਕਾਂ ਦਾ ਵਿਚਾਰ ਇਸ ਤਰ੍ਹਾਂ ਦਾ ਜੀ, ਬਾਦਲ ਸਾਹਿਬ ਦੇ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਰ੍ਹਾਂ ਯਾਦ ਕਰ ਰਹੇ ਆ, ਵੀ ਉਹ ਰਾਜ ਹੈ ਜਿਹੜਾ ਫਿਰ ਪ੍ਰਕਾਸ਼ ਸਿੰਘ ਬਾਦਲ ਦਾ, ਸੁਖਬੀਰ ਸਿੰਘ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਾਜ ਆ ਉਹ ਫਿਰ ਆਵੇ। ਕੈਮਰਾਮੈਨ ਨੰਨਾ ਫਿਲੌਰ ਦੇ ਨਾਲ ਆਰਤੀ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।